ਮੇਰੇ ਹਸਬੈਂਡ ਦੇ ਪੱਗ ਬੰਨੀ ਹੋਈ ਸੀ ਤੇ ਉਹ ਚੂਰੂ ਰਾਜਸਥਾਨ ਦੇ ਬੱਚੇ ਸੀ, ਟੂਰ ਤੇ ਆਏ ਹੋਏ ਸੀ। ਉਹ ਜਦੋਂ ਪੱਗ ਬੰਨੀ ਦੇਖੀ ਤਾਂ ਉਹ ਆ ਕੇ ਨਿਰਭੈ ਕੋਲੇ ਕਹਿੰਦੇ, ਭਾਜੀ ਸਤਿ ਸ੍ਰੀ ਅਕਾਲ। ਤੇ ਅਸੀਂ ਕਿਹਾ ਸਤਿ ਸ੍ਰੀ ਅਕਾਲ। ਤੇ ਕਹਿੰਦੇ ਤੁਹਾਡੀ, ਮਤਲਬ ਉਹ ਹਿੰਦੀ ਚ ਬੋਲ ਰਹੇ ਸੀ ਕਿ ਤੁਹਾਡੀ ਪੱਗ ਦੇਖ ਕੇ ਅਸੀਂ ਆਇਆ, ਸਾਨੂੰ ਪਤਾ ਲੱਗ ਗਿਆ ਤੁਸੀਂ ਪੰਜਾਬ ਤੋਂ ਹੈਗੇ ਆ ਤੇ ਤੁਸੀਂ ਸਿੱਧੂ ਬਾਈ ਨੂੰ ਮਿਲਿਓ। ਮਤਲਬ ਇੰਨੀ ਖੁਸ਼ੀ ਤਾਂ ਕਿਸੇ ਜਦੋਂ ਆਪਣੇ ਪਰਿਵਾਰ ਚ ਕੋਈ ਜਨਮ ਲੈਂਦਾ ਉਦੋਂ ਨੀ ਹੁੰਦੀ ਜਿੰਨੀ ਹੁਣ ਹੋਈ ਆ। ਉਹ ਦਿਨ ਆਇਆ ਤੇ ਮੈਂ ਉੱਚੀ ਉੱਚੀ ਛਾਲਾਂ ਮਾਰੀਆਂ ਚੀਕਾਂ ਮਾਰ ਕੇ ਜਦੋਂ ਮੈਨੂੰ ਪਤਾ ਲੱਗਿਆ, ਮੈਂ ਤੁਹਾਨੂੰ ਦੱਸਿਆ ਸੀ। ਉਹਨਾਂ ਬੱਚਿਆਂ ਨੇ ਕਿਹਾ ਕਿ ਅਸੀਂ ਸਿੱਧੂ ਦੇ ਫੈਨ ਆ ਤੇ ਸਾਨੂੰ ਆਹ ਗਾਣੇ ਉਹਨਾਂ ਦੇ ਪਸੰਦ ਨੇ। ਸੋ ਇੱਥੇ ਕੀ ਰਾਜਸਥਾਨ, ਕੀ ਪੂਰਾ ਪੰਜਾਬ, ਹਿੰਦੁਸਤਾਨ, ਪੂਰੀ ਦੁਨੀਆਂ ਦੇ ਵਿੱਚ ਸਾਡਾ ਵੀ ਝੰਡੇ ਗੱਡ ਗਿਆ ਜਿਹੜੇ ਰਹਿੰਦੀ ਦੁਨੀਆਂ ਤੱਕ ਯਾਦ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿੰਨੀ ਖੁਸ਼ੀ ਹੋ ਰਹੀ ਹੈ, ਮਤਲਬ ਉਸਦਾ ਟਿਕਾਣਾ ਨਹੀਂ ਹੈ। ਬਾਪੂ ਬਲਕੌਰ ਸਿੰਘ ਜੀ, ਸੱਚੀ ਮਤਲਬ ਇੰਨੀ ਖੁਸ਼ੀ ਤਾਂ ਕਿਸੇ ਜਦੋਂ ਆਪਣੇ ਪਰਿਵਾਰ ਚ ਕੋਈ ਜਨਮ ਲੈਂਦਾ ਉਦੋਂ ਨੀ ਹੁੰਦੀ ਜਿੰਨੀ ਹੁਣ ਹੋਈ ਆ। ਮੈਂ ਪਾਲ ਬਾਈ ਨੂੰ ਫੋਨ ਕਰ ਕਰਕੇ ਪੁੱਛਦੀ ਹੁੰਦੀ ਸੀ ਖੁਸ਼ੀ ਕਦੋਂ ਆਉਣੀ ਹੈ, ਕਦੋਂ ਆਉਣੀ ਹੈ। ਕਿੰਨੀ ਵਾਰੀ ਮੈਂ ਇਹਨਾਂ ਨੂੰ ਫੋਨ ਕੀਤਾ, ਇਹ ਕਹਿੰਦੇ ਭੈਣੇ ਥੋੜਾ ਜਿਹਾ ਸਬਰ ਕਰੋ, ਥੋੜਾ ਜਿਹਾ ਸਬਰ ਕਰੋ। ਮਤਲਬ ਉਹ ਦਿਨ ਆਇਆ ਤੇ ਮੈਂ ਉੱਚੀ ਉੱਚੀ ਛਾਲਾਂ ਮਾਰੀਆਂ ਚੀਕਾਂ ਮਾਰ ਕੇ ਜਦੋਂ ਮੈਨੂੰ ਪਤਾ ਲੱਗਿਆ, ਮੈਂ ਤੁਹਾਨੂੰ ਦੱਸਿਆ ਸੀ। ਤੇ ਬਾਪੂ ਜੀ ਨੂੰ ਜਦੋਂ ਮੈਂ ਮਿਲੀ ਲਾਸਟ ਟਾਈਮ ਇਸੇ ਸਟੇਜ ਦੇ ਉੱਤੇ, ਮਤਲਬ ਉਹ ਹਿੱਲ ਖੜੇ ਸੀ ਬਿਲਕੁਲ, ਸਾਡੀਆਂ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਸੀ ਰੁਕ ਰਹੇ। ਮੈਂ ਉਹਨਾਂ ਨੂੰ ਦੇਖ ਕੇ ਪਤਾ ਨੀ ਮੇਰੇ ਮਨ ਦੇ ਵਿੱਚ ਕਿੰਨੀਆਂ ਚੀਜ਼ਾਂ ਚੱਲ ਰਹੀਆਂ ਸੀ, ਕਿੰਨੀਆਂ ਚੀਜ਼ਾਂ ਚੱਲ ਰਹੀਆਂ ਸੀ। ਇੱਥੋਂ ਜਾ ਕੇ ਮੈਂ 4-5 ਦਿਨ ਸੈੱਟ ਨਹੀਂ ਹੋ ਪਾਈ। ਮੈਂ ਉਹਨਾਂ ਦਾ ਜਿਗਰਾ ਸੋਚਦੀ ਹਾਂ ਵੀ ਕਿੱਡਾ ਕੁ ਵੱਡਾ, ਜਿਹੜੇ ਫਿਰ ਵੀ ਸਾਡੇ ਸਾਰਿਆਂ ਦੇ ਵਿੱਚ ਆ ਕੇ ਅਹਿਲ ਖੜੇ ਸੀ, ਬੜੀ ਸ਼ਾਂਤੀ ਨਾਲ ਖੜੇ ਹੋਏ ਸੀ। ਤੇ ਬਹੁਤ ਵੱਡਾ ਜਿਗਰਾ ਪਰਮਾਤਮਾ ਨੇ ਉਹਨਾਂ ਨੂੰ ਦਿੱਤਾ। ਇਸੇ ਕਰਕੇ ਸਾਡਾ ਸਿੱਧੂ ਵੀ ਸਾਡੇ ਕੋਲੋਂ ਗਿਆ ਨਹੀਂ, ਸਾਡੇ ਕੋਲ ਵਾਪਸ ਆ ਗਿਆ। ਤੇ ਮੈਂ ਥੋੜੇ ਦਿਨ ਪੁਰਾਣੀ ਪਿਛਲੇ ਦਿਨਾਂ ਦੇ ਵਿੱਚ ਮੈਂ ਕਿਤੇ ਬਾਹਰ ਗਈ ਸੀ ਰਾਜਸਥਾਨ ਸਾਈਡ, ਤੇ ਉੱਥੇ ਮੈਨੂੰ ਸਕੂਲ ਦੇ ਬੱਚੇ ਮਿਲੇ। ਬੱਚਿਆਂ ਨੇ ਦੇਖਿਆ ਮੇਰੇ ਹਸਬੈਂਡ ਦੇ ਪੱਗ ਬੰਨੀ ਹੋਈ ਸੀ ਤੇ ਉਹ ਚੂਰੂ ਰਾਜਸਥਾਨ ਦੇ ਬੱਚੇ ਸੀ, ਟੂਰ ਤੇ ਆਏ ਹੋਏ ਸੀ। ਉਹ ਜਦੋਂ ਪੱਗ ਬੰਨੀ ਦੇਖੀ ਤਾਂ ਉਹ ਆ ਕੇ ਨਿਰਭੈ ਕੋਲੇ ਕਹਿੰਦੇ, ਭਾਜੀ ਸਤਿ ਸ੍ਰੀ ਅਕਾਲ। ਤੇ ਅਸੀਂ ਕਿਹਾ ਸਤਿ ਸ੍ਰੀ ਅਕਾਲ। ਤੇ ਕਹਿੰਦੇ ਤੁਹਾਡੀ, ਮਤਲਬ ਉਹ ਹਿੰਦੀ ਚ ਬੋਲ ਰਹੇ ਸੀ ਕਿ ਤੁਹਾਡੀ ਪੱਗ ਦੇਖ ਕੇ ਅਸੀਂ ਆਇਆ, ਸਾਨੂੰ ਪਤਾ ਲੱਗ ਗਿਆ ਤੁਸੀਂ ਪੰਜਾਬ ਤੋਂ ਹੈਗੇ ਆ ਤੇ ਤੁਸੀਂ ਸਿੱਧੂ ਬਾਈ ਨੂੰ ਮਿਲਿਓ। ਉਹ ਬੱਚਿਆਂ ਦਾ ਸੀਗਾ ਕਿ ਤੁਸੀਂ ਸਿੱਧੂ ਬਾਈ ਨੂੰ ਮਿਲੇ, ਪਰ ਮੇਰੀ ਇਹ ਮਤਲਬ ਬਦਕਿਸਮਤੀ ਮੈਂ ਸਮਝੂਗੀ ਕਿ ਮੈਂ ਉਹਨਾਂ ਨੂੰ ਨਹੀਂ ਮਿਲੀ ਕਦੀ ਵੀ, ਤੇ ਪਰ ਮਿਲਣਾ ਚਾਹੀਦਾ ਸੀ ਹਨਾ। ਤੇ ਉਹਨਾਂ ਬੱਚਿਆਂ ਨੇ ਕਿਹਾ ਕਿ ਅਸੀਂ ਸਿੱਧੂ ਦੇ ਫੈਨ ਆ ਤੇ ਸਾਨੂੰ ਆਹ ਗਾਣੇ ਉਹਨਾਂ ਦੇ ਪਸੰਦ ਨੇ। ਸੋ ਇੱਥੇ ਕੀ ਰਾਜਸਥਾਨ, ਕੀ ਪੂਰਾ ਪੰਜਾਬ, ਹਿੰਦੁਸਤਾਨ, ਪੂਰੀ ਦੁਨੀਆਂ ਦੇ ਵਿੱਚ ਸਾਡਾ ਵੀ ਝੰਡੇ ਗੱਡ ਗਿਆ ਜਿਹੜੇ ਰਹਿੰਦੀ ਦੁਨੀਆਂ ਤੱਕ ਯਾਦ ਰਹਿਣਗੇ। ਸੋ ਬਾਪੂ ਜੀ ਤੁਹਾਨੂੰ ਬਹੁਤ ਬਹੁਤ ਵਧਾਈ, ਅਸੀਂ ਸਾਰੇ ਬਹੁਤ ਖੁਸ਼ ਹਾਂ ਤੇ ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ, ਸਾਡੇ ਸਿੱਧੂ ਵੀਰ ਨੂੰ ਲੰਬੀ ਉਮਰ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।